अज की वीडियो के तुसी घरों बैठ के अपना बिजनेस किवें स्टार्ट कर सकते हैं, इसकी पहली वीडियो मैं पाई आ। पूरा उहदा ट्यूटोरियल मैं रेडी किया कि किवें एक वैबसाइट जिसका नाम प्रिंटफुल आ उसके उत्ते तुसी अपना अकाउंट रेडी करके किवें अपना स्टोर बना सकते हैं, किवें सैल करके किवें तुसी घरे बैठ के प्रॉफिट बना सकते हैं ज मनी बना सकते हैं। अज उसका ही दूसरा पार्ट कि उसके नाल तुसी अपना ईबे स्टोर किवें कनैक्ट कर सकते हैं, उसके नाल की होएगा तुहानू ईबे दे उत्ते भी मनी जिहड़ी अर्न करन दा मौका मिल सकदा। जिहड़े भी कपड़े जां कुछ भी हो सकदा तुसी उसते रेडी करोगे प्रिंटफुल ते वो तुसी डायरेक्ट ईबे ते भी सेल कर सकदे आ। जदों ईबे ते तुहानू कोई ऑर्डर आएगा ते ईबे दा ये फायदा ईबे ते आटोमैटिकली तुहानू ऑर्डर आ सकदे आ, कोई तुहानू प्रमोट करन दी लोड़ नहीं, किसी नू दसण दी लोड़ नहीं, किते लिंक शेयर करन दी लोड़ नहीं। ते इस तरह ਤੁਸੀਂ ਪ੍ਰਿੰਟਫੁਲ 'ਤੇ ਆਪਣੀਆਂ ਚੀਜ਼ਾਂ ਰੈਡੀ ਕਰ ਸਕਦੇ ਹੋ, ਆਪਣੇ ਪ੍ਰੋਡਕਟ ਰੈਡੀ ਕਰ ਸਕਦੇ ਹੋ ਅਤੇ ਈਬੇ 'ਤੇ ਵੇਚ ਸਕਦੇ ਹੋ। ਪ੍ਰਿੰਟਫੁਲ 'ਤੇ ਵੀ ਵੇਚ ਸਕਦੇ ਹੋ, ਆਪਣੇ ਤੁਸੀਂ ਚੂਜ਼ ਕਰ ਸਕਦੇ ਹੋ ਕਿੱਥੇ ਕਿੱਥੇ ਤੁਸੀਂ ਪ੍ਰਿੰਟਫੁਲ ਦੀਆਂ ਚੀਜ਼ਾਂ ਜਿਹੜੀਆਂ ਵੇਚ ਸਕਦੇ ਹਾਂ, ਜਿਵੇਂ ਕਿ ਤੁਹਾਡੇ ਕੋਲ ਆਪਸ਼ਨਸ ਹੋ ਸਕਦੇ ਨੇ ਫੇਸਬੁੱਕ, ਟਿਕਟੋਕ। ਟਿਕਟੋਕ ਇੱਕ ਸਭ ਤੋਂ ਵੱਡਾ ਪਲੇਟਫਾਰਮ ਆ ਫ੍ਰੀ ਆਫ ਕੋਸਟ ਆਪਣੇ ਪ੍ਰੋਡਕਟ ਨੂੰ ਪ੍ਰਮੋਟ ਕਰਨ ਦਾ, ਅਤੇ ਤੁਹਾਨੂੰ ਲੋਕ ਤੁਹਾਡੇ ਲਿੰਕ ਦੇ ਥਰੂ ਤੁਹਾਡੇ ਪ੍ਰੋਡਕਟ 'ਤੇ ਆ ਕੇ ਬੈਨੀਫਿਟ ਦੇ ਸਕਦੇ ਆ। ਉਸ ਤੋਂ ਬਾਅਦ ਦੂਸਰਾ ਆਪਸ਼ਨ ਹੈਗਾ ਈਬੇ। ਈਬੇ ਦੇ ਨਾਲ ਮੈਂ ਅੱਜ ਦੱਸਾਂਗਾ ਕਿ ਕਿਵੇਂ ਤੁਸੀਂ ਕਨੈਕਟ ਕਰ ਸਕਦੇ ਹਾਂ, ਕਿਵੇਂ ਪੇਮੈਂਟ ਸੈਟਿੰਗ ਕਰ ਸਕਦੇ ਹਾਂ, ਸਾਰਾ ਕੁਛ ਇਸ ਦਾ ਪ੍ਰੋਸੈਸ ਹੋਏਗਾ। ਪਹਿਲਾਂ ਸਭ ਤੋਂ ਇਹੀ ਹੋਏਗਾ ਕਿ ਕਿਵੇਂ ਕਨੈਕਟ ਕਰ ਸਕਦੇ ਹਾਂ। ਤੁਸੀਂ www.ebay.com 'ਤੇ ਜਾਣਾ, ਉਸ ਤੋਂ ਬਾਅਦ ਮੇਰਾ ਇਸ 'ਤੇ ਮੈਂ ਆਪਣਾ ਅਕਾਊਂਟ ਬਣਾਇਆ, ਤੁਸੀਂ ਇਸ ਦੇ ਬਾਰੇ ਵਿੱਚ ਮੇਰੀ ਵੀਡੀਓ ਜਿਹੜੀ ਪਹਿਲਾਂ ਦੇਖ ਸਕਦੇ ਹੋ ਕਿ ਈਬੇ ਦੇ ਉੱਤੇ ਸੈਲਿੰਗ ਅਕਾਊਂਟ ਕਿਵੇਂ ਬਣਾਉਣਾ, ਕਿਉਂਕਿ ਮੈਂ ਜੇ ਦੁਬਾਰਾ ਹੀ ਉਹੀ ਵੀਡੀਓ ਬਣਾਵਾਂਗਾ ਫਿਰ ਕੋਈ ਫਾਇਦਾ ਨਹੀਂ, ਇਹ ਵੀਡੀਓ ਬਹੁਤ ਲੰਬੀ ਹੋ ਜਾਏਗੀ। ਉਸ ਤੋਂ ਪਹਿਲਾਂ ਸਟਾਰਟ ਕਰਨ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੇਰੀਆਂ ਵੀਡੀਓਜ਼ ਦੇਖਦੇ ਹੋ। ਆਈ ਹੋਪ ਮੈਂ ਹਮੇਸ਼ਾ ਇਸ ਤਰ੍ਹਾਂ ਦੀਆਂ ਹੀ ਵੀਡੀਓ ਲੈ ਕੇ ਆਉਂਦਾ ਰਹਾਂਗਾ ਜੋ ਤੁਹਾਨੂੰ ਹੈਲਪ ਕਰਨਗੀਆਂ ਤੁਹਾਡੇ ਕੰਮ ਦੇ ਵਿੱਚ ਜਾਂ ਤੁਹਾਡੇ ਬਿਜ਼ਨਸ ਦੇ ਵਿੱਚ। ਅਤੇ ਕਾਫੀ ਤੁਹਾਡੇ ਸਵਾਲ ਹੋ ਸਕਦੇ ਨੇ ਜੇ ਤੁਸੀਂ ਜਰਮਨ ਕੰਟਰੀ 'ਚ ਹੋ ਕਿ ਅਸੀਂ ਪਾਰਟ ਟਾਈਮ ਜੇ ਜੁਆਇਨ ਕਰਦੇ ਹਾਂ ਸਾਨੂੰ ਟੈਕਸ ਦੇਣਾ ਪੈ ਸਕਦਾ, ਸਾਨੂੰ ਹੈਲਥ ਇੰਸ਼ੋਰੈਂਸ। ਕਾਫੀ ਲੋਕ ਕਨਫਿਊਜ਼ ਨੇ ਇਸ ਚੀਜ਼ ਨੂੰ ਲੈ ਕੇ, ਇਹ ਚੀਜ਼ਾਂ ਸਾਰੀਆਂ ਕਲੀਅਰ ਕਰਾਂਗਾ ਕਿਉਂਕਿ ਮੈਂ ਖੁਦ ਇੱਥੇ ਬਿਜ਼ਨਸ ਕੀਤਾ ਹੋਇਆ, ਮੇਰੇ ਦੋ ਤਿੰਨ ਪਾਰਟਨਰ ਹੋਰ ਹੈਗੇ ਨੇ ਅਤੇ ਉਹਨਾਂ ਨੇ ਕੀਤਾ ਹੋਇਆ। ਕੋਈ ਜਿਹੜੀ ਇਸ ਤਰ੍ਹਾਂ ਦੀਆਂ ਵਹਿਮ ਹੈਗੇ ਨੇ ਜਾਂ ਸਾਨੂੰ ਟੈਕਸ ਜ਼ਿਆਦਾ ਦੇਣਾ ਪੈਂਦਾ ਜਾਂ ਸਾਨੂੰ ਕਰੰਕ ਫੇਸਿਸ ਨੂੰ ਆਪ ਦੇਣੀ ਪੈਂਦੀ ਹੈ, ਜਿਵੇਂ ਕਿ ਕਹਿ ਸਕਦੇ ਹਾਂ ਆਪਾਂ ਹੈਲਥ ਇੰਸ਼ੋਰੈਂਸ, ਉਸ ਤਰ੍ਹਾਂ ਦਾ ਕੁਛ ਨਹੀਂ। ਉਹਦੇ ਬਾਰੇ ਵੀ ਮੈਂ ਵੀਡੀਓ ਡਿਟੇਲ 'ਚ ਬਣਾਵਾਂਗਾ ਕਿ ਕੁਛ ਵੀ ਤੁਹਾਨੂੰ ਨਹੀਂ ਦੇਣਾ ਪੈਂਦਾ, ਕਿੰਨਾ ਟੈਕਸ ਦੇਣਾ ਪੈਂਦਾ ਜਾਂ ਨਹੀਂ ਦੇਣਾ ਪੈਂਦਾ। ਪਰ ਜੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਤੁਹਾਨੂੰ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣੀ ਜ਼ਰੂਰੀ ਆ। ਤੁਸੀਂ ਜਿਸ ਵੀ ਮਰਜ਼ੀ ਕੰਟਰੀ 'ਚ ਹੋ ਸਕਦੇ ਹਾਂ, ਜ਼ਰੂਰੀ ਨਹੀਂ ਜਰਮਨ ਦੇ ਵਿੱਚ ਹੀ। ਅਤੇ ਈਬੇ 'ਤੇ ਜਾ ਕੇ ਤੁਸੀਂ ਆਪਣਾ ਅਕਾਊਂਟ ਬਣਾ ਲੈਣਾ, ਸੈਲਿੰਗ ਅਕਾਊਂਟ ਜਿਹਨੂੰ ਕਿ ਸੈਲ ਕਰਨ ਦੇ ਲਈ, ਜਿਸ ਤਰ੍ਹਾਂ ਤੁਹਾਡੇ ਕੋਲ ਇਸ ਤਰ੍ਹਾਂ ਆਪਸ਼ਨ ਆਏਗੀ ਸੈਲ ਕਰਨ ਦੀ, ਤੁਸੀਂ ਇਸ 'ਤੇ ਫਿਰ ਲੀਗਲ ਹੋ ਜਾਂਦੇ ਆ ਪ੍ਰੋਡਕਟ ਵੇਚਣ ਦੇ ਲਈ। ਇੱਕ ਨੋਰਮਲ ਸਾਡੇ ਤੋਂ ਅਕਾਊਂਟ ਬਣਦਾ, ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪੇਮੈਂਟ ਸੈਟਿੰਗ ਕਰਦੇ ਹਾਂ ਜਾਂ ਹੋਰ ਪ੍ਰਾਈਵੇਸੀਸ ਲਗਾਉਂਦੇ ਹਾਂ, ਉਹ ਤੁਸੀਂ ਲਾਸਟ ਵੀਡੀਓ ਮੇਰੀ ਦੇਖ ਸਕਦੇ ਹੋ। ਉਸ ਤੋਂ ਬਾਅਦ ਜਦੋਂ ਤੁਹਾਡਾ ਇਸ ਤਰ੍ਹਾਂ ਦਾ ਰੈਡੀ ਹੋ ਗਿਆ ਸਾਰਾ ਈਬੇ ਦੇ ਉੱਤੇ, ਉਸ ਤੋਂ ਬਾਅਦ ਅਸੀਂ ਸੇਮ ਜਾਵਾਂਗੇ ਪ੍ਰਿੰਟਫੁਲ 'ਤੇ। ਪ੍ਰਿੰਟਫੁਲ 'ਤੇ ਜਿਵੇਂ ਕਿ ਪਹਿਲਾਂ ਮੈਂ ਅਕਾਊਂਟ ਬਣਾਇਆ, ਤੁਸੀਂ ਲਾਸਟ ਵੀਡੀਓ ਸ਼ਾਇਦ ਦੇਖੀ ਹੋਵੇ, ਜੇ ਤੁਸੀਂ ਕੰਟੀਨਿਊ ਕਰਨਾ ਤੁਸੀਂ ਦੇਖ ਸਕਦੇ ਇਹਦੇ ਵਿੱਚ ਸਾਈਨ ਅਪ ਆਪਾਂ ਕੀਤਾ ਹੈ, ਕਨਫਰਮ ਸਾਡੀ ਈਮੇਲ ਵੀ ਹੋ ਗਈ ਆ, ਪ੍ਰੋਡਕਟ ਵੀ ਆਪਾਂ ਟੈਂਪਲੇਟ ਕਰ ਲਏ ਆ। ਉਸ ਤੋਂ ਬਾਅਦ ਸਾਡਾ ਸਟੋਰ ਆਪਾਂ ਇੱਕ ਜਿਹੜਾ ਕਨੈਕਟ ਕਰਨਾ, ਦੂਸਰਾ ਆਪਾਂ ਇੱਥੇ ਜਿਹੜਾ ਬਣਿਆ ਹੋਇਆ ਉਹ ਕਨੈਕਟ ਕੀਤਾ ਹੋਇਆ, ਪ੍ਰੋਡਕਟ ਵੀ ਐਡ ਕੀਤੇ ਆ। ਪੇਮੈਂਟ ਮੈਥਡ ਮੈਂ ਲਾਸਟ ਵੀਡੀਓ 'ਚ ਦੱਸਿਆ ਸੀ ਕਿਵੇਂ ਤੁਸੀਂ ਦੇ ਸਕਦੇ ਹਾਂ, ਕਿਉਂਕਿ ਮੈਂ ਦੁਬਾਰਾ ਇਹਦੇ ਵਿੱਚ ਨਹੀਂ ਦਿੱਤਾ ਆਪਣਾ ਪੇਮੈਂਟ ਮੈਥਡ ਸੇਮ ਹੀ ਆ। ਅਤੇ ਔਡਰ ਜੇ ਸੈਂਪਲ ਤੁਸੀਂ ਆਪਣੇ ਲਈ ਵੀ ਮੰਗਵਾਉਣਾ ਤਾਂ ਤੁਸੀਂ ਮੰਗਵਾ ਸਕਦੇ ਹੋ ਇਹਦੇ 'ਤੇ। ਪਰ ਅੱਜ ਅਸੀਂ ਸਟੋਰ 'ਤੇ ਜਾਵਾਂਗੇ, ਪਹਿਲਾਂ ਸਟੋਰ 'ਤੇ ਕਲਿੱਕ ਕੀਤਾ, ਉਸ ਤੋਂ ਬਾਅਦ ਸਾਡਾ ਜਿਹੜਾ ਇਹ ਵਾਲਾ ਸਟੋਰ ਜਿਹੜਾ ਏਸੀ ਪ੍ਰਿੰਟਫੁਲ ਦੇ ਉੱਤੇ ਆ, ਇਸ ਦੇ ਲਿੰਕ ਨੂੰ ਵੀ ਤੁਸੀਂ ਆਪਣੇ ਯੂਟਿਊਬ ਦੇ ਥੱਲੇ ਯੂਜ਼ ਕਰ ਸਕਦੇ ਹੋ। ਜੇ ਤੁਸੀਂ ਟਿਕਟੋਕ ਚਲਾਉਂਦੇ ਹੋ, ਟਿਕਟੋਕ 'ਤੇ ਕਾਫੀ ਪੇਜਸ ਇਸ ਤਰ੍ਹਾਂ ਦੇ ਨੇ ਜੋ ਪ੍ਰੋਡਕਟ ਨੂੰ ਪ੍ਰਮੋਟ ਕਰਦੇ ਨੇ, ਉਹ ਆਪਣੇ ਪ੍ਰੋਡਕਟ ਇਸੇ ਤਰ੍ਹਾਂ ਦੀਆਂ ਕੰਪਨੀਆਂ ਦੇ ਉੱਤੇ ਬਣਾਉਂਦੇ ਨੇ, ਫ੍ਰੀ ਆਫ ਕੋਸਟ ਬਣ ਜਾਂਦੀਆਂ ਅਤੇ ਪ੍ਰੋਡਕਟ ਜਦੋਂ ਉਸ ਲਿੰਕ ਦੇ ਥਰੂ ਕੋਈ ਖਰੀਦ ਲੈਂਦਾ ਅਤੇ ਆਪਣੇ ਪ੍ਰੋਫਿਟ ਬਣਾ ਲੈਂਦੇ ਨੇ ਅਤੇ ਬਹੁਤ ਹੀ ਜ਼ਿਆਦਾ ਪ੍ਰੋਫਿਟ ਬਣਾਉਂਦੇ ਨੇ। ਉਸ ਤੋਂ ਬਾਅਦ ਇਹ ਤਾਂ ਇੱਥੇ ਹੋ ਗਿਆ, ਇਹਦੇ ਵਿੱਚ ਸਾਡੇ ਕੋਲ ਪ੍ਰੋਡਕਟ ਹੈਗੇ ਨੇ ਅਤੇ ਅਸੀਂ ਹੋਰ ਵੀ ਪ੍ਰੋਡਕਟ ਐਡ ਕਰ ਸਕਦੇ ਹਾਂ। ਅਤੇ ਉਸ ਤੋਂ ਬਾਅਦ ਤੁਸੀਂ ਜੇ ਆਪਾਂ ਈਬੇ ਵਗੈਰਾ ਯੂਜ਼ ਕਰਦੇ ਹਾਂ ਜਾਂ ਹੋਰ ਕੋਈ ਕੰਪਨੀ ਯੂਜ਼ ਕਰਦੇ ਹਾਂ, ਜਿਵੇਂ ਕਿ ਮੈਂ ਸ਼ੋਪੀਫਾਈ ਕਰਦਾ ਜਾਂ ਹੋਰ ਕਹਿ ਸਕਦੇ ਹੋ ਤੁਸੀਂ, ਸ਼ੋਪੀਫਾਈ ਤੋਂ ਬਾਅਦ ਵੀ ਮੈਂ ਹੁਣ ਚੇਂਜ ਕਰ ਰਿਹਾ, ਮੈਂ ਆਪ ਖੁਦ ਜ਼ਿਆਦਾ ਈਬੇ 'ਤੇ ਕਰਨਾ ਚਾਹੁੰਦਾ। ਅਤੇ ਉਸ ਤੋਂ ਬਾਅਦ ਤੁਸੀਂ ਇੱਥੇ ਚੂਜ਼ ਪਲੇਟਫਾਰਮ ਕਰਨਾ, ਪਲੇਟਫਾਰਮ ਤੋਂ ਬਾਅਦ ਤੁਹਾਡੇ ਕੋਲ ਇਸ ਤਰ੍ਹਾਂ ਦੇ ਸਾਰੇ ਪਲੇਟਫਾਰਮ ਆ ਜਾਣੇ, ਜਿਵੇਂ ਕਿ ਸ਼ੋਪੀਫਾਈ ਮੇਰਾ ਇਹਦੇ ਨਾਲ ਪਹਿਲਾਂ ਕੋਨੈਕਟਡ ਆ, ਦੂਸਰੇ ਦੇ ਵਿੱਚ ਮੈਂ ਟਿਕਟੋਕ ਦੇ ਵੀਡੀਓ ਦਿਖਾ ਲਈ ਆ ਇਸ ਲਈ,
एसटी वगैरह भी तुम यूज कर सकते हो। एसटी का सिर्फ 99 सेंट खर्चा, तो यह बहुत वधिया मार्केट प्लेस आ, बहुत फेमस आ, जर्मन के भी फेमस हो गई है, कैनेडा अमेरिका च तो पहले ही आ। बिगकॉमर्स बहुत वही आ, बिक्स बहुत वही आ, ये सारिया तुम देख सकते हो, पर इन्हों के पैसे लगते हैं। ईबे एक फ्री ऑफ कॉस्ट आ, बाकी होर जिमें कि विश तुम सुनिया ही होना, तो यह सारिया है। आप ईबे कोनैक्ट करा, कोनैक्ट पर क्लिक करा, उस तो बाद इन्हों की पहला पढ़ा इन्होंने दिता की होया ऑथोराइज थोड़ा ईबे अकाउंट होना चाहिए, जिमें मैं थोड़ा दसिया इतने तुहाड़े को सैलरी ऑप्शन आनी चाहिए, शायद सारे दे विच भी आवे, पर तुसी इहदे विच जाके पेमेंट की अपनी सैटिंग जरूर करनी, अपना अकाउंट देना। पेपाल अकाउंट बहुत जरूरी आ, पेपाल अकाउंट तो बिना तुसी कितने भी सैल नहीं कर सकते। पेपाल अकाउंट किवें बनाना वह भी लास्ट वीडियो तुसी मेरिया देख सकते हो, पेपाल तो बिना तुसी कितने भी कुछ सैल नहीं कर सकते। इतने भी थोड़ा पेपाल ही कनैक्टेड होना, इस करके पेपाल 100% थोड़े को होना चाहिए फिर कनैक्ट होएगा। उस तो बाद अकाउंट की जनरल इनफॉर्मेशन होनी चाहिए, ये पेमेंट पॉलिसी के किमें तुसी पेमेंट जी लैनी आ, तो जे कोई प्रॉब्लम आ जाती है कस्टमर वालों थोड़े प्रोडक्ट की रिटर्न पॉलिसी की होएगी, वह भी इस पर दसनी आ, उसके फिनालेस जो इन्हों का कुछ भी होएगा। असी पहला स्टैप यदा ऑथराइज करना अपने आप को, तो उस तो बाद कनैक्ट पर क्लिक करा। उन्होंने पूछना कि थोड़ा ईबे का यूजर नेम या जी थोड़ी ईमेल आई डी तुम दिती हुई आ। हूँ तो अभी देख सकते हैं मैं अपना उत्थे ईमेल आई डी दी, जो अपने जेड़े भी ईबे स्टोर का नाम रख्या हो, उस तो बाद पासवर्ड, तो उस तो बाद उन्होंने SMS आया कि एग्रीमेंट करने के लिए तुम रेडी हो, रेडी टू यूज प्रिंट फुल, क्योंकि प्रिंट फुल से जोड़ा भी थोड़ा ईबे का डाटा वह सारा प्रिंट फुल को चल जाना, तो प्राइवेसी पॉलिसी ज कुछ भी आ वो सारा डाटा वो भी थोड़ा देख सकते हैं प्रिंट फुल जी, तो इस बारे पूरा पढ़ भी सकते हो जो तुम एग्री हो। आई एग्री करोंगे आप पढ़ के तुसी पूरी प्राइवेसी देख सकते हैं जो देखना चाहते हैं। उस तो बाद तुसी देख सकते हैं इतने सेव का ऑप्शन भी आ गया मेरे तो, नहीं तो मेरे क्रोम के करके। हूँ पहला ऑप्शन तो साडा हो गया कनैक्ट, साडा ये ईबे स्टोर जोड़ा हूँ कनैक्ट हो गया। तो इतने तुम इसकी वीडियो भी देख सकते हैं किमें तुम कोई भी स्टोर अपना कनैक्ट करना किमें करना। उस तो बाद स्टैप टू के आता कि तुम अपनी नसैसरी डिटेल जड़िया भी थोड़िया जरूरी चीज़ा ने, ब्रांड नेम हो सकता, उस तो बाद पेपाल का एड्रैस जिमें कि मैं थोड़ा पहला ही किया, पेपाल तो बिना थोड़ा कितने भी तुम ऑनलाइन बिजनेस या ऑनलाइन काम करना चाहते होर बहुत वैबसाइट आ जड़िया मैं खुद यूज़ कीतियाँ एज ए फ्रीलैंसर, पर हूँ मैं उन्होंने काम नहीं करता, पर वो थोड़े न शेयर करा, तो फ्री अपने मोबाइल तो ही जां वध तो वध लैपटॉप ये यूज़ करते हो, तो लैपटॉप तो पैसे बना सकते हैं, भावें ज़्यादा ना बनाओ पर 40-50 यूरो तक एक दिन दे चल जाते हैं जे तुसी काम वधिया तरीके ना करते हो। जे तुहाडे कोल पेपल होना बहुत जरूरी है, तो मैक्सीम हैंडलिंग टाइम जिहड़ा तुसी अपना फुलफिल टाइम दसना, जे तो तुहाडे कोल प्रोडक्ट आ फिर तो मैं तुहानू दस्या तुसी एक या वध तो वध मैक्सीम 2 दिन ही देने आ, ते उस तो बाद वध तो वध तुसी अपने आप नू जिन्ना भी 2 दिन प्रोडक्ट सेंड कर सकते हो 2 दिन जे थोड़े को प्रोडक्ट आ, जे तुम मंगा के प्रोडक्ट देने हो, जे तुम ड्रॉपशिप करते हो वह सिस्टम अलग आ, थोड़े को प्रोडक्ट है वो प्रोडक्ट थोड़े को प्रिंटफुल है ही आ, प्रिंटफुल तो ईबे पर आएंगे, पर इसका टाइम लगेगा घट तो घट 10 से 12 दिन, क्योंकि थानू पता प्रिंटफुल जोड़े पहला डिजाइन करेगी फिर प्रोडक्ट भेजेगी, इस तरह तुम अपना जोड़ा सारा कुछ देना। तो जी ईमेल एड्रैस थोड़ा उद्दे लिंक आ उ सेम इतने तुम देना अपना। मैक्सिमम हैंडलिंग टाइम तुम बढ़ा सकते हो ये 15 दिन 10 दिन जिन्ना चिर मर्जी वो ऑटोमैटिकली ईमेल के उत्ते भी चल जाएगा, कंटिन्यू हो गया। हूँ देख सकते इतने कंप्लीट कनैक्टड, तो उत्थे कनैक्टड जिहड़ा दोनों प्रोसैस हो गए क्लीयर। उस तो बाद पेमेंट पॉलिसी, पेमेंट पॉलिसी के इन्हों को होएगा इमीडिएटली पे ऑन जी ऑटोमैटिकली हो जाएगी, तो ये तुम देख सकते हैं जी प्रिंटफॉल की पॉलिसी आ उ फिट होएगी वो जो पेपाल का मैथड आ वह पेपाल आ, इट इज ओनली पेमेंट जी पेपाल के थ्रू आ, पेमेंट तो बिना पेपाल तो बिना पेमेंट नहीं होनी, तो आला मेरा जरा
ईबे अकाउंट ये अटैच होया। प्रिंटफुल की पॉलिसी ये चलेगी सेम स्पेसीफाई पॉलिसी जो थोड़े को है, पॉलिसियां कितों लभनिया ये बारे भी मैं दस दाँगा, पर इस वे ये कोई जरूरी नहीं कि तुम अपने नाम की कोई पॉलिसी दो। ये ये हो सकता जिमें कि असी लिख सकते हैं कि प्रोडक्ट जो खराब आता कुछ भी आदि पॉलिसी असी इस तरह लवेंगे कि रिटर्न दे सकते हैं, असी थोड़े बहुत पैसे वापस कर सकते हैं जे, पर जे वो प्रोडक्ट रिटर्न करता प्रोडक्ट साढ़े को वापस साडा सही सलामत नहीं आता जां कोई होर प्रॉब्लम आती है प्रोडक्ट, असी इन्ने परसेंट पैसे वापस करांगे नहीं तो नहीं करांगे। इस तरह दी जिहड़ियां स्पेसिफिक पॉलिसीज होंदियां, पर इस नूं करन दी लोड़ नहीं मेरे हिसाब नाल। तो हुण तुसी देख सकते हैं इहदे विच सेम ही पॉलिसी आली हो गई आ। तो उस तो बाद फाइनलाइज करन दे लई तुसी अपना देख सकते हैं कनैक्ट हो रहा ओके। देखो थोड़ा जो स्टोर योर ईबे अकाउंट करंटली हैज आर मीनिंग अलाउंस टू 1000 आइटम्स, 1000 आइटम्स तो इन्नी क रिटेल वैल्यू भी एक मंथ की हो सकती है $17,000 तक। तो कोई भी उन्होंने अलाउंस तुम्हें बढ़ा वो रिक्वेस्ट तुम उन्होंने कर सकते हैं। तो तुम हूँ देखते हैं थोड़ा प्रिंटफुल का जो अकाउंट है वो थोड़े ईबे के स्टोर के नाल अटैच हो गया। हुण की होएगा जो ईबे के उत्ते कोई भी तुसी प्रोडक्ट की लिस्टिंग करनी है तुसी इत्थों ही प्रोडक्ट तुसी ऐड प्रोडक्ट पर क्लिक करना की चाहते हो तुसी, जिवें कि साडे कोल बनिया भी आ पहला एक लास्ट वीडियो च मैं बनाया भी सी, आपां टी शर्ट लैंदे आ शायद मेरे कोल इत्थे प्रोडक्ट टैंपलेट च होवे ते आह वाला प्रोडक्ट सेम प्रोसीड टू मॉकअप। तुसी इहनां दे कलर भी चेंज कर सकते हो, जरूरी नहीं तुसी एक ही कलर लैना, जिहड़े मर्जी कलर दीआं टी शर्टां होर साइज भी बढ़ा सकते हैं सारा आपां प्रोसीड टू मॉकअप सॉरी। तो इस तरह का डिज़ाइन जिहड़ा है मैंस ते मॉकअप का बनेगा तुहाडा जिवें शो हो रहा जिवें वाइट दे विच ब्लैक दे विच ते इस तरह। सॉरी वीडियो मैं कटिंग ज़्यादा नहीं करनी हैगी ना मेरे तो इन्ना टाइम आ, तो इस करके शायद तुहानूं वीडियो लंबी भी लगे, काफ़ी गल्लां बातां मैं कीतियां पर मैनूं लगा कि ईजी तरीके नाल तुहानूं समझा देना चाहिए। हुण देख सकते हो तुसीं इहदी प्रोडक्ट का टाइटल डिस्क्रिप्शन उन्होंने आटोमैटिकली देता कपड़ियां का किस तरह का कपड़ा प्रिंटफुल ने रेडी करना, उहदे विच 100% स्पन कॉटन कुछ भी उहदी डिटेल आ सारी उन्होंने लिखी हुई है। यही जिहड़ी डिटेल आ तुहाडी ईबे दे उत्ते जाएगी जदों तुसीं उहदे ते लिस्ट करोगे। हुण इहदे विच लिखिआ है मैन वूमैन तुसीं दोन्ने चो जिहड़ा भी स्टाइल दी मैन दी आपां कीती आ। तो हुण तुसीं देख सकते शिपिंग कॉस्ट उन्होंने पहले लिखी आ आल वेरियंट्स, जे अमेरिका नूं करता वो $3 प्लस हो सकती है, कैनेडा नूं $6 प्लस हो सकती है, यूरोप दे विच $5 ते एस्टिमेट $3-3.5 ते आस्ट्रेलिया न्यूजीलैंड सारी दुनिया दे विच देश दुनिया च करदे आ इह सेंड वर्ल्ड वाइड, जिवें कि उन्हां दी क्वांटिटी दे हिसाब नाल उह वधा भी सकदे आ। उन्होंने अगे लिखिआ डिस्प्ले विद फ्री शिपिंग ऑन स्टोर, जे तुसीं फ्री शिपिंग प्रोवाइड करना चाहुंदे हो उस दे नाल तुहानूं की होएगा, तुसीं जिहड़ा इत्थे प्रोडक्ट का रेट पहला मैं लास्ट वीडियो च दस्सिया सी उत्थे प्रोडक्ट का रेट वधा सकदे आ 3 यूरो, उस दे नाल की होएगा तुसीं वर्ल्ड वाइड फ्री दे दिओ, तुहाडे प्रोडक्ट दे विच ही तुहाडी फीस आ जाएगी। कस्टमर की करेगा फ्री शिपिंग देख के लोग ज़्यादातर खरीद लैंदे आ। तो फ्री शिपिंग का एक ट्रिक लाया जाता पैसे जिहड़े पहले इनकलूड कर लए जाते हैं प्रोडक्ट के, पर शी फ्री शिपिंग शो की जाती है कि फ्री शिपिंग आप देवे, जो तुम देना चाहते हो फ्री शिपिंग कर सकते हैं, नहीं तो जिहड़ा भी जिस भी कंट्री चो देखेगा कोई प्रोडक्ट थोड़ा तो उन्होंने इस तरह शिपिंग सारी शो होएगी। आप फ्री रहन दें क्योंकि प्रोडक्ट सैट नहीं किया, उस तो बाद प्राइस जोड़े इतने भी एडिट कर सकते हैं। तो इन्होंने हुण जिहड़े प्राइस आ शो किए इन्ने इन्ने शो किए, जिवें कि मैं तुहानूं दस्सिया जी मॉकअप करन दे पैसे लगते हैं कोई भी डिज़ाइन तुसीं करोगे, जे तुहाडी ये $20 की बिकदी है तुसीं $20 इत्थे लिख सकते हैं, सारा वधा सकते हैं, इसका रेट घटा सकते हैं, असीं 20 कर लैंदे हां। टी शर्ट 15 यूरो तो स्टार्ट तो हो ही जाती है वधिया। तो इन्हां दी जिहड़ी प्रोडक्ट की क्वालिटी आ वह भी बहुत वधिया आ, मैं आप खुद यूज़ की आ, अपने घर भी मंगवाई सी इत्थे जर्मन च, कईआं नूं मैं गिफ्ट भी कीते सी मेरे यार दोस्तों नूं। तो तुसीं देख सकते इहदे विच तुहाडा इन्ना प्रॉफिट होएगा जे तुहाडा एक प्रोडक्ट बिकेगा, जरूरी नहीं तुसीं टी शर्ट्स तुसीं कप्स कर सकते हो, बहुत सारे प्रोडक्ट हैगे आ, तुसीं पूरी डिटेल देख सकते हो। उस तो बाद प्राइसिंग सैट हो गई, सारा कुछ तुसीं कर सकते हो घट वध जे तुसीं घट प्रॉफिट बनाउणा घट,
ਤੇ ਉਸ ਤੋਂ ਬਾਅਦ ਐਡਿਟ ਕੁਆਂਟਿਟੀ। ਜਿਵੇਂ ਕਿ ਤੁਸੀਂ ਹੁਣ ਕੁਆਂਟਿਟੀ ਚੂਜ਼ ਕਰਨੀ ਆ, ਤੁਹਾਡੇ ਕੋਲ 1000 ਪ੍ਰੋਡਕਟ ਆ ਤੁਹਾਨੂੰ ਸਟੋਰ ਤੇ ਅਵੇਲੇਬਲ ਹੈ ਨਾ, ਵੀ ਤੁਸੀਂ 1000 ਹੀ ਵੇਚ ਸਕਦੇ ਆ, ਇਸ ਤੋਂ ਜ਼ਿਆਦਾ ਨਹੀਂ ਵੇਚ ਸਕਦੇ, ਕਿਉਂਕਿ ਜਦੋਂ ਜਦੋਂ ਤੁਹਾਡਾ ਪ੍ਰੋਡਕਟ ਵਿਕੇਗਾ ਉਸ ਤੋਂ ਬਾਅਦ ਤੁਹਾਡੀ ਇੱਥੇ ਕੁਆਂਟਿਟੀ ਵੀ ਵਧਣ ਲੱਗ ਪਵੇਗੀ। ਪਹਿਲਾਂ ਇਹਨਾਂ ਨੇ ਤੁਹਾਨੂੰ 1000 ਪ੍ਰੋਡਕਟ ਦਿੱਤਾ, ਤੁਸੀਂ ਐਸ ਦੀਆਂ 5 ਕਰ ਸਕਦੇ ਹੋ, ਸਾਰਿਆਂ ਦੀਆਂ 5 ਪੰਜ ਪੰਜ, ਜਿਸ ਤਰ੍ਹਾਂ ਵੀ ਤੁਸੀਂ ਕਰਨਾ ਚਾਹੁੰਦੇ ਹੋ ਨਾ, ਤੇ ਉਸ ਦੇ ਨਾਲ ਤੁਹਾਡੇ ਇੱਥੇ ਪ੍ਰੋਡਕਟ ਦੀ ਕੁਆਂਟਿਟੀ ਘਟੀ ਜਾਏਗੀ। ਟੀ ਸ਼ਰਟਾਂ, ਉਸ ਤੋਂ ਬਾਅਦ ਤੁਸੀਂ ਹੋਰ ਕੁਛ ਬਣਾਓਗੇ, ਉਹਨਾਂ ਦੀ ਕੁਆਂਟਿਟੀ ਇੱਥੇ ਲਿਖਣੀ ਪੈਣੀ ਆ, ਇਸ ਤਰ੍ਹਾਂ ਘਟੀ ਜਾਣੀ ਆ, ਤੇ ਤੁਸੀਂ ਈਜ਼ਲੀ ਤਰੀਕੇ ਦੇ ਨਾਲ ਆਪਣੇ 1000 ਪ੍ਰੋਡਕਟ ਜਿਹੜੇ ਈਜ਼ਲੀ ਵੇਚ ਸਕਦੇ ਆ। ਤੇ ਮੈਂ ਸਿਰਫ ਸਿੰਪਲ ਜੇ 2-3 ਦੀ ਕੀਤੀ ਆ, ਤੁਸੀਂ ਸਾਰੀ ਚੀਜ਼ ਕਰ ਸਕਦੇ ਆ। ਇਹ ਸਾਰੇ ਫਿਰ ਕੁਆਂਟਿਟੀ ਜਿਹੜੀ ਲੋਕਾਂ ਨੂੰ ਉੱਥੇ ਸ਼ੋਅ ਹੋਏਗੀ ਜਦੋਂ ਤੁਹਾਡਾ ਪ੍ਰੋਡਕਟ ਟੋਟਲੀ ਵਿਕ ਗਿਆ, 0 ਰਹਿ ਗਿਆ, ਤੇ ਆਟੋਮੈਟਿਕਲੀ ਨੁੱਲ ਸ਼ੋਅ ਕਰਨ ਲੱਗ ਪਏਗਾ ਕਿ ਆਊਟ ਆਫ ਸਟਾਕ ਆ ਤੁਹਾਡਾ ਪ੍ਰੋਡਕਟ। ਸਬਮਿਟ ਆ ਸਟੋਰ, ਤੁਸੀਂ ਦੇਖੋਗੇ ਇੱਥੇ ਅਸੀਂ ਸਟੋਰ 'ਚ ਕੀਤਾ, ਇੱਥੇ ਤੁਹਾਡੇ ਜਿਹੜੇ ਆ ਈਬੇ ਦੇ ਸਟੋਰ ਦੇ ਉੱਤੇ ਪ੍ਰੋਡਕਟ ਆ ਜਾਣਗੇ। ਹੁਣ ਦੇਖ ਸਕਦੇ ਹਾਂ ਉਹਨਾਂ ਨੇ ਕੀ ਲਿਖਿਆ ਸੀ ਉੱਥੇ, ਵੀ ਵਿਊ ਤੁਸੀਂ ਜਾ ਕੇ ਈਬੇ ਦੇ ਉੱਤੇ ਦੇਖ ਸਕਦੇ ਹਾਂ, ਪਰ ਅਸੀਂ ਇੱਥੋਂ ਦੇਖਦੇ ਹਾਂ 972 ਆਈਟਮਸ ਆ ਸਾਡੇ ਕੋਲ ਅਵੇਲੇਬਲ, ਹੋਰ ਜਿਹੜੀਆਂ ਅਸੀਂ ਕਰ ਸਕਦੇ ਹਾਂ। ਅਤੇ ਆਲੇ ਪ੍ਰੋਡਕਟ ਆ ਤੁਸੀਂ ਦੇਖ ਸਕਦੇ ਹਾਂ, ਵੀ ਇੰਪੋਰਟ ਯੂਅਰ ਪ੍ਰੋਡਕਟ ਫਰੋਮ ਯੂਅਰ ਸਟੋਰ, ਯੂ ਕੈਨ ਗੋ ਹੈਡ ਸਕੈਨ ਦੈਮ ਨਾਓ ਐਂਡ ਯੂ ਵਿਸ਼ ਟੂ ਫੁਲਫਿਲ ਦੈਮ, ਵੇਟ ਫੋਰ ਯੂ ਮਾਰਕ ਦੈਮ ਇਗਨੋਰ ਇਫ ਯੂ। ਹੁਣ ਮੈਂ ਤੁਹਾਨੂੰ ਇੱਥੇ ਇਹ ਵੀ ਦੱਸ ਦਿੰਦਾ, ਜੇ ਤੁਸੀਂ ਚਾਹੁੰਦੇ ਆ ਕਿ ਆਟੋਮੈਟਿਕਲੀ ਜਿਹੜਾ ਆ ਇਹ ਪ੍ਰੋਡਕਟ ਜਿਹੜਾ ਪ੍ਰਿੰਟਫੁੱਲ, ਜਦੋਂ ਵੀ ਕੋਈ ਆਰਡਰ ਤੁਹਾਨੂੰ ਈਬੇ ਦੇ ਉੱਤੇ ਆਵੇ, ਪ੍ਰਿੰਟਫੁੱਲ ਜਿਹੜਾ ਆਟੋਮੈਟਿਕਲੀ ਕਰ ਦੇਵੇ, ਤਾਂ ਉਹਨਾਂ ਨੇ ਲਿਖਿਆ ਹੋਇਆ ਇਫ ਆਟੋਮੈਟਿਕ ਫੁੱਲਮੈਂਟ ਇਜ਼ ਟਰਨਡ ਔਨ ਐਂਡ ਆਲ ਆਫ ਦਾ ਪ੍ਰੋਡਕਟਸ ਇਨ ਐਨ ਆਰਡਰ ਆਰ ਸਾਈਨਡ, ਦਾ ਆਰਡਰ ਵਿਲ ਬੀ ਫੁੱਲਫਿਲਡ ਆਟੋਮੈਟਿਕਲੀ। ਜੇ ਤੁਸੀਂ ਨਹੀਂ ਆਟੋਮੈਟਿਕਲੀ ਕਰਨਾ, ਤਾਂ ਤੁਸੀਂ ਆਪਣੀ ਸਟੋਰ ਦੀ ਇੱਥੇ ਸੈਟਿੰਗ ਕਰ ਸਕਦੇ ਹੋ, ਦੇਖ ਸਕਦੇ। ਇਹ ਮੇਰੇ ਕੋਲ ਕਿਸੇ ਭਰਾ ਭੈਣ ਨੇ ਪੁੱਛਿਆ ਵੀ ਸੀ, ਮੈਂ ਉਹਨਾਂ ਨੂੰ ਦੱਸਿਆ ਸੀ ਕਿ ਤੁਸੀਂ ਆਟੋਮੈਟਿਕਲੀ ਕਰਨਾ ਆਟੋਮੈਟਿਕਲੀ ਕਰ ਸਕਦੇ, ਜੇ ਤੁਸੀਂ ਸਟੋਰ 'ਤੇ ਆਟੋਮੈਟਿਕਲੀ ਨਹੀਂ ਕਰਨਾ, ਤੁਸੀਂ ਐਡਰੈਸ ਵਗੈਰਾ ਦੇਖਣਾ ਜਾਂ ਕਸਟਮਰ ਨੂੰ ਇੱਕ ਵਾਰੀ ਦੇਖਣਾ ਕਿ ਉਹ ਰੀਅਲ ਵੀ ਹੈ, ਤਾਂ ਤੁਸੀਂ ਇੱਥੇ ਕਰ ਸਕਦੇ ਹੋ ਕੋਈ ਵੀ ਉਹਦੀ ਡਿਟੇਲ ਜਿਹੜੀ ਹੈ ਤੁਹਾਡੇ ਸਟੋਰ ਦੇ ਬਾਰੇ ਵਿੱਚ ਪੂਰੀ। ਅਤੇ ਇੱਥੋਂ ਰਿਮੂਵ ਸਟੋਰ ਵੀ ਕਰ ਸਕਦੇ ਹਾਂ ਤੁਸੀਂ ਆਪਣਾ ਸਟੋਰ ਵਰਲਡ ਵਾਈਡ, ਜਿਹੜਾ ਜਿੱਥੇ ਵੀ ਮਰਜ਼ੀ ਤੁਸੀਂ, ਜ਼ਰੂਰੀ ਨਹੀਂ ਤੁਸੀਂ ਹੋਰ ਕੰਟਰੀਆਂ, USA, ਕੈਨੇਡਾ 'ਚ, ਤੁਸੀਂ ਯੂਰਪ 'ਚ ਚਾਹੁੰਦੇ ਹਾਂ ਯੂਰਪ 'ਚ ਇਕੱਲੇ ਸੈਂਡ ਕਰ ਸਕਦੇ ਹਾਂ, ਜ਼ਰੂਰੀ ਨਹੀਂ। ਜੇ ਤੁਸੀਂ ਚਾਹੁੰਦੇ ਹਾਂ ਤੁਹਾਡਾ ਪ੍ਰੋਡਕਟ ਮਹਿੰਗਾ ਹੋ ਜਾਏਗਾ, ਅਤੇ ਤੁਸੀਂ ਜੇ ਜਰਮਨ 'ਚ ਰਹਿੰਦੇ, ਜਰਮਨ 'ਚ ਇਕੱਲਾ, ਇਟਲੀ 'ਚ ਰਹਿੰਦੇ, ਇਟਲੀ 'ਚ, ਫਰਾਂਸ, ਆਸਟ੍ਰੇਲੀਆ, ਜਪਾਨ, ਨਿਊਜ਼ੀਲੈਂਡ, ਜਾਂ ਵਰਲਡ ਵਾਈਡ ਕਿਤੇ ਵੀ ਤੁਸੀਂ ਇੱਥੋਂ ਬੈਠ ਕੇ ਪ੍ਰੋਡਕਟ ਵੇਚ ਸਕਦੇ ਆ। ਮੈਂ ਵਰਲਡ ਵਾਈਡ ਹੀ ਜ਼ਿਆਦਾਤਰ ਕੀਤਾ ਵੀ, ਇਸ ਦੇ ਨਾਲ ਈਜ਼ੀ ਹੋ ਜਾਏਗਾ। ਅਤੇ ਇਹ ਤਾਂ ਤੁਹਾਡਾ ਸਟੋਰ ਦਾ ਹੋ ਗਿਆ, ਇਹ ਮੈਂ ਸਿਰਫ ਤੁਹਾਨੂੰ ਦੱਸਿਆ, ਉਹਨਾਂ ਨੇ ਜਿਹੜੀ ਲਾਸਟ ਦੱਸੀ ਆ ਕਿ ਇਹ ਆਟੋਮੈਟਿਕਲੀ ਜਿਹੜਾ ਸਟੋਰ 'ਤੇ ਤੁਹਾਡੇ ਜਿਹੜੇ ਪ੍ਰੋਡਕਟ ਆ ਸ਼ੋਅ ਹੋਣ ਲੱਗ ਪੈਣਗੇ ਇਹਦੇ 'ਤੇ। ਹੁਣ ਤੁਸੀਂ ਦੇਖ ਸਕਦੇ ਆ ਇਹਨਾਂ ਨੇ ਲਿਖਿਆ ਵੀ ਵਿਊ ਇਨ ਈਬੇ। ਈਬੇ 'ਤੇ ਸਾਡੇ ਕੋਲ ਇੱਥੇ ਕੋਈ ਪ੍ਰੋਡਕਟ ਨਹੀਂ ਸੀਗਾ, ਨਾ ਕੋਈ ਲਿਸਟਿੰਗ ਆ ਸਾਡੀ, ਹੈ ਨਾ। ਅਤੇ ਹੁਣ ਕੀ ਕਹੂਗਾ, ਜੋ ਮੈਂ ਅਸੀਂ ਇਹਦੇ 'ਤੇ ਕਲਿੱਕ ਕਰਾਂਗੇ, ਇਹਦੇ 'ਤੇ ਪਹਿਲਾਂ ਤੁਸੀਂ ਦੇਖ ਸਕਦੇ ਹੋ, ਇਹਦੇ ਨਾਲ ਇਹ ਹੋ ਗਿਆ ਕਿ ਆਟੋਮੈਟਿਕਲੀ ਇਹ ਜਿਹੜੇ ਆ ਪ੍ਰੋਡਕਟ ਪ੍ਰਿੰਟਫੁੱਲ ਦੁਆਰਾ, ਜਦੋਂ ਵੀ ਈਬੇ 'ਤੇ ਔਡਰ ਆਏਗਾ, ਪ੍ਰਿੰਟਫੁੱਲ ਦੁਆਰਾ ਆਟੋਮੈਟਿਕਲੀ ਪ੍ਰੋਸੈਸ ਕੀਤਾ ਜਾਏਗਾ ਡਿਜ਼ਾਇਨ ਕਰਨ ਦਾ ਜਾਂ ਕੁਛ ਵੀ। ਜੇ ਇੱਥੋਂ ਤੁਸੀਂ ਅਨਸਲੈਕਟ ਇਹਨੂੰ ਕਰ ਲੈਂਦੇ ਹਾਂ ਅਤੇ ਉਹਦੇ ਨਾਲ ਨਹੀਂ ਕਰੇਗਾ, ਤੁਸੀਂ ਆਪ ਆ ਕੇ ਆਪਣੇ ਸਟੋਰ ਦੇ ਉੱਤੇ ਔਡਰ ਇਹ ਕਲਿੱਕ ਕਰੋਗੇ, ਅਤੇ ਫੇ ਪ੍ਰਿੰਟਫੁੱਲ ਜਿਹੜਾ ਆ ਔਡਰ ਨੂੰ ਫੁੱਲਫਿਲ ਕਰੇਗਾ, ਨਹੀਂ ਤਾਂ ਆਟੋਮੈਟਿਕਲੀ ਕਰ ਦੇਗਾ। ਜਿਵੇਂ ਤੁਹਾਨੂੰ ਲੱਗਦਾ ਤੁਸੀਂ ਕਰ ਸਕਦੇ ਹਾਂ, ਅਸੀਂ ਵਿਊ ਕਰਦੇ ਹਾਂ ਈਬੇ ਦੇ ਉੱਤੇ, ਸਾਡਾ ਈਬੇ ਦੇ ਉੱਤੇ ਜਿਹੜਾ ਈਬੇ ਦਾ ਆਹ ਹੀ ਸਟੋਰ ਆ, ਤੁਸੀਂ ਹੁਣ ਦੇਖ ਸਕਦੇ ਹਾਂ ਈਬੇ ਦੇ ਉੱਤੇ ਇਸ ਤਰ੍ਹਾਂ ਤੁਹਾਡਾ ਜਿਹੜਾ ਪੂਰਾ ਪ੍ਰੋਡਕਟ ਆ ਉਹ ਸ਼ੋਅ ਹੋਏਗਾ। ਤੁਸੀਂ ਹੁਣ ਦੇਖ ਸਕਦੇ ਹਾਂ ਤੁਹਾਡਾ ਪ੍ਰੋਡਕਟ ਦਾ ਨਾਂ ਜਿਹੜੀ ਹੈ ਸ਼ੋਰਟ ਸਲੀਪ, ਜਿਵੇਂ ਕਿ ਉਹਨਾਂ ਨੇ ਦੱਸਿਆ ਸੀ, ਨਿਊ ਵਿਦ ਟੈਕਸ, ਕਲਰ, ਕਲਰ ਤੁਸੀਂ ਜਿਹੜੇ ਵੀ 4 ਰੱਖੇ ਸੀ ਸੇਮ ਕਲਰ, ਸਾਈਜ਼ ਜਿਹੜੇ ਵੀ ਤੁਸੀਂ ਸਾਈਜ਼ ਰੱਖੇ ਸੀ, ਕੁਆਂਟਿਟੀ 5 ਅਵੇਲੇਬਲ ਨੇ। ਤੁਸੀਂ ਦੇਖ ਸਕਦੇ ਹਾਂ ਜਿਵੇਂ ਆਪਾਂ ਉਹਦੇ ਵਿੱਚ ਕੁਆਂਟਿਟੀ ਵਧਾਈ ਸੀ, 5 ਕੀਤੀ ਸੀ, ਅਤੇ ਉਹਨਾਂ ਦੀ ਜਿਹੜੀ ਆ USD ਜਿਹੜੀ ਆਪਾਂ ਰੱਖਿਆ ਸੀ ਰੇਟ, ਅਤੇ ਪ੍ਰਾਈਸ ਜਿਹੜਾ ਯੂਰੋ ਦੇ ਵਿੱਚ ਵੀ ਸ਼ੋਅ ਹੋ ਰਿਹਾ। ਵਾਈ ਜੇ ਕੋਈ ਕਰਨਾ ਚਾਹੁੰਦਾ, ਕਾਰਟ ਦੇ ਵਿੱਚ ਰੱਖਣਾ ਚਾਹੁੰਦਾ, ਵਿਸ਼ ਲਿਸਟ ਦੇ ਵਿੱਚ, ਵਾਚ ਲਿਸਟ ਜਿਹਨੂੰ ਕਹਿ ਦਿੰਦੇ ਆ, ਅਤੇ ਤੁਹਾਡਾ ਸੈਲਰ ਦੀ ਇਨਫੋਰਮੇਸ਼ਨ ਆ ਗਈ ਕਿ ਤੁਹਾਡਾ ਆਹ ਸਟੋਰ ਆ, ਠੀਕ ਆ ਜੀ। ਕੋਨੈਕਟ ਸੈਲਰ, ਤੁਹਾਡੇ ਨਾਲ ਕੋਈ ਕੋਨੈਕਟ ਵੀ ਡਾਇਰੈਕਟਲੀ ਕਰ ਸਕਦਾ, ਕੋਂਟੈਕਟ ਜਿਹਨੂੰ ਕਹਿੰਦੇ ਆਪਾਂ, ਅਤੇ ਉਹ ਕਿਵੇਂ ਦੇਖ ਸਕਦੇ ਹਾਂ। ਹੁਣ ਕੋਈ ਇੱਥੇ ਸ਼ੋਅ ਨਹੀਂ ਹੋਏਗਾ ਉਹਨੂੰ, ਇਸ ਤਰ੍ਹਾਂ ਦੀਆਂ ਫੋਟੋਆਂ ਸਾਰੀਆਂ ਸ਼ੋਅ ਹੋਣਗੀਆਂ ਤੁਹਾਡੇ ਪ੍ਰੋਡਕਟ ਦੇ ਬਾਰੇ ਵਿੱਚ, ਠੀਕ ਆ ਜੀ। ਬਹੁਤ ਈਜ਼ੀ ਆ, ਪਰ ਇਹ ਕੰਮ ਕਰਨ ਤੋਂ ਪਹਿਲਾਂ ਜੇ ਤੁਸੀਂ ਜਰਮਨ 'ਚੋਂ, ਖਾਸ ਕਰ ਆਪਣੇ ਆਪ ਨੂੰ ਰਜਿਸਟਰ ਜ਼ਰੂਰ ਕਰਾਇਓ। ਕਦੀ ਵੀ ਜਰਮਨ ਦੇ ਵਿੱਚ ਤੁਸੀਂ ਕਿਸੇ ਵੀ ਕੰਟਰੀ 'ਚ ਹੋਵੇ, 2 ਨੰਬਰ ਹੀ ਨਹੀਂ ਚੱਲ ਸਕਦੀ,
ਸ਼ਿਪਿੰਗ ਹੁਣ ਤੁਸੀਂ ਦੇਖ ਸਕਦੇ ਹੋ, ਮੈਂ ਤੁਹਾਨੂੰ ਕਿਹਾ ਸੀ ਉੱਥੇ ਜੇ ਤੁਸੀਂ ਫ੍ਰੀ ਸ਼ਿਪਿੰਗ ਦਾ ਕਲਿੱਕ ਕਰ ਦਿੰਦੇ ਤੇ ਫ੍ਰੀ ਸ਼ਿਪਿੰਗ ਸ਼ੋਅ ਹੋਣੀ ਸੀ ਇੱਥੇ। ਉਹਨਾਂ ਨੇ ਹੁਣ 30 ਦਿਨ ਦੀ ਆਪਾਂ ਰਿਟਰਨ ਜਿਹੜੀ ਲਾਈ ਸੀ ਉਹ ਵੀ ਉਹਨਾਂ ਨੇ ਇੱਥੇ ਸ਼ੋਅ ਕਰ ਦਿੱਤੀ ਕਸਟਮਰ ਨੂੰ ਹੋਏਗਾ। ਤੇ ਹੁਣ ਤੁਸੀਂ ਦੇਖ ਸਕਦੇ ਇੰਟਰਨੈਸ਼ਨਲ ਸ਼ਿਪਿੰਗ ਆ ਪੂਰਾ। ਹੁਣ ਤੁਸੀਂ ਦੇਖ ਸਕਦੇ ਆਈਟਮ ਸਾਡੀ ਜਿਹੜੀ ਆ ਕਿੱਥੇ ਦੀ ਸ਼ੋਅ ਹੋ ਰਹੀ ਹੈ, ਜਿੱਥੇ ਦੇ ਹਿਸਾਬ ਨਾਲ ਸਾਡਾ ਸਟੋਰ ਸ਼ੋਅ ਹੋ ਰਿਹਾ ਸੀ। ਸ਼ਿਪ ਵਰਲਡ ਵਾਈਡ ਡਿਲੀਵਰੀ ਜਿਹੜੀ ਐਸਟੀਮੇਟ ਆ 6 ਮਈ ਤੋਂ 26 ਮਈ। ਹੁਣ 20 ਦਿਨਾਂ ਦਾ ਅਸੀਂ 10 ਦਿਨਾਂ ਦਾ ਐਸਟੀਮੇਟ ਲਿਖਿਆ ਸੀ ਤੇ ਉਹਦੇ ਵਿੱਚ ਜਿੰਨੀਆਂ ਵੀ ਛੁੱਟੀਆਂ ਹੁੰਦੀਆਂ ਜਾਂ ਕੁਝ ਵੀ ਸੰਡੇ ਜਾਂ ਸ਼ਨੀਵਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤੇ ਉਹ ਪੂਰਾ ਬਿਜ਼ਨਸ ਦਿਨ ਕਰਕੇ ਉਹਨਾਂ ਨੇ ਇਹਦੇ ਤੇ ਕਰਤਾ ਹੈ। ਜਿਹੜੀਆਂ ਪੇਮੈਂਟ ਸੈਟਿੰਗ ਆ ਤੁਹਾਡੇ ਕੋਲ ਤਾਂ ਪੇਪਾਲ ਸੀ, ਜਿਹੜੀਆਂ ਆ ਦੂਸਰੀਆਂ ਪੇਮੈਂਟ ਸੈਟਿੰਗ ਆ ਇਹ ਸਿੱਧੀਆਂ ਪ੍ਰਿੰਟ ਫੁੱਲ ਦੀਆਂ ਆਈਆਂ ਇੱਥੇ, ਤੇ ਪ੍ਰਿੰਟ ਫੁੱਲ ਐਕਸੈਪਟ ਕਰੇਗਾ ਪੇਮੈਂਟ। ਜਦੋਂ ਵੀ ਤੁਹਾਡੀ ਪ੍ਰਿੰਟ ਫੁੱਲ ਤੇ ਆਏਗੀ ਤੁਹਾਡੇ ਕੋਲ ਪ੍ਰੋਡਕਟ ਦੀ ਜਿਹੜੀ ਕਾਸਟ ਆ ਜਾਂ ਜਿੰਨਾ ਵੀ ਤੁਹਾਡਾ ਪ੍ਰੋਫਿਟ ਆ ਉਹ ਇੱਥੇ ਸਾਰਾ ਆਏਗਾ। ਤੇ ਤੁਸੀਂ ਆ ਬਿਲਿੰਗ ਮੈਥਡ ਇੱਥੇ ਆਪਣੇ ਦੇਖ ਸਕਦੇ ਆ, ਦੋਨੇ ਇੱਕ USD ਦੇ ਵਿੱਚ ਆ ਤੇ ਦੂਸਰਾ ਜਿਹੜਾ ਇੱਥੇ ਸਟੋਰ ਬਣਿਆ ਉਹ ਯੂਰੋ ਦੇ ਵਿੱਚ ਆ। ਤੇ ਉਸ ਤੋਂ ਬਾਅਦ ਜਿਹੜੀ ਡਿਸਕ੍ਰਿਪਸ਼ਨ ਆ ਆਈਟਮ ਦੀ ਉਹ ਵੀ ਉਹਨਾਂ ਨੇ ਜਿਹੜੀ ਆਟੋਮੈਟਿਕਲੀ ਇੱਥੇ ਦੇ ਦਿੱਤੀ। ਉਹਦਾ ਨੰਬਰ ਵੀ ਨੰਬਰ ਆ ਗਿਆ, ਕਿਤੇ ਕੁਛ ਖਰੀਦਣ ਦੀ ਲੋੜ ਨਹੀਂ। ਤੇ ਟੀ ਸ਼ਰਟ ਦੀ ਪੂਰੀ ਡਿਜ਼ਾਇਨਿੰਗ ਸਾਈਜ਼ ਜਿੰਨੀ ਵੀ ਉਹਨਾਂ ਦੀ ਹੈਗੀ ਆ ਤੇ ਕਸਟਮਰ ਨੂੰ ਇਸ ਦੇ ਨਾਲ ਪੂਰਾ ਡਿਟੇਲ ਹੋਏਗੀ। ਸ਼ਿਪਿੰਗ ਉਹਨਾਂ ਨੇ ਲਿਖੀ ਹੋਈ ਆ, ਹੁਣ ਤੁਸੀਂ ਦੇਖ ਸਕਦੇ ਸ਼ਿਪਿੰਗ ਟੂ ਵਰਲਡ ਵਾਈਡ ਆਈਟਮ ਲੋਕੇਸ਼ਨ ਜਿੱਥੇ ਦੀ ਵੀ ਮਰਜ਼ੀ ਸ਼ੋਅ ਹੋਵੇ, ਸਾਰੀਆਂ ਕੰਟਰੀਆਂ ਦੇ ਵਿੱਚ ਹੈਗੀ ਆ, ਰੋਮੇਨੀਆ ਜੋ ਵੀ ਕੰਟਰੀਆਂ ਵਰਲਡ ਵਾਈਡ ਆ। ਕੁਆਂਟਿਟੀ ਜਿਹੜੀ ਉਹਨਾਂ ਨੇ ਲਿਖੀ ਹੋਈ ਆ ਵੱਧ ਤੋਂ ਵੱਧ 5 ਕੰਟਰੀ ਚੇਂਜ ਤੁਸੀਂ ਕਰ ਸਕਦੇ ਆ ਜਿੱਥੇ ਤੁਸੀਂ ਰਹਿੰਦੇ ਆ। ਗੈਟ ਰੇਟ ਆਟੋਮੈਟਿਕਲੀ ਸ਼ਿਪਿੰਗ ਇੰਨੀ ਆ, ਤੇ ਐਡੀਸ਼ਨਲ ਆਈਟਮ ਜੇ ਉਹ 2 ਚੀਜ਼ਾਂ ਬਸ ਆਰਡਰ ਕਰਦਾ ਜਾਂ 3 ਕਰਦਾ ਉਹਦੇ ਨਾਲ ਉਹਦੀ ਜਿਹੜੀ ਸ਼ਿਪਿੰਗ ਵੱਧ ਵੀ ਸਕਦੀ ਹੈ। ਐਸਟੀਮੇਟ 6 ਤੋਂ 20 ਦਿਨਾਂ ਦੀ ਇਹ ਐਸਟੀਮੇਟ ਜਿਹੜੀ ਉਹ ਆ ਡਿਲੀਵਰੀ ਆ। ਇਸੇ ਤਰ੍ਹਾਂ ਡ੍ਰੋਪ ਸ਼ਿਪਿੰਗ ਹੁੰਦੀ ਆ, ਡ੍ਰੋਪ ਸ਼ਿਪਿੰਗ ਦੇ ਵਿੱਚ ਆਪਾਂ ਅਲੱਗ ਅਲੱਗ ਚੂਜ਼ ਕਰਦੇ ਹਾਂ, ਉਸ ਦਾ ਪ੍ਰੋਸੈਸ ਵੀ ਜੇ ਤੁਹਾਨੂੰ ਚਾਹੀਦਾ ਕਮੈਂਟ ਦੇ ਵਿੱਚ ਤੁਸੀਂ ਲਿਖ ਸਕਦੇ ਹਾਂ। ਤੇ ਵਿਦ ਸ਼ਿਪਿੰਗ ਇਨ 5 ਡੇਜ਼ ਜਿਹੜੇ ਬਿਜ਼ਨਸ ਦਿਨਾਂ ਦੇ ਵਿੱਚ ਕਲੀਅਰ ਪੇਮੈਂਟ ਹੁੰਦੀ ਆ ਤੇ ਉਸ ਵੇਲੇ ਇਹ ਜਿਹੜਾ ਆਈਟਮ ਭੇਜ ਦਿੱਤੀ ਜਾਏਗੀ। ਟੈਕਸ ਜਿਹੜੇ ਆ ਟੈਕਸ ਦੇ ਬਾਰੇ ਵਿੱਚ ਵੀ ਉਹਨਾਂ ਨੇ ਆਟੋਮੈਟਿਕਲੀ ਇਹਦੇ ਵਿੱਚ ਦੇ ਦਿੱਤੀ ਆ। ਤੇ ਰਿਟਰਨ ਜਿਹੜੀ ਆ ਰਿਟਰਨ ਦੀ ਪਾਲਿਸੀ ਜਿਵੇਂ 30 ਦਿਨਾਂ ਦੀ ਆ, ਮਨੀ ਬੈਕ ਦੀ ਗਰੰਟੀ ਆ, ਉਹ ਪ੍ਰਿੰਟ ਫੁੱਲ ਦੀ ਗਰੰਟੀ ਆ, ਤੇ ਬਾਇਰ ਪੇ ਇਹੀ ਇਹ ਮੇਨ ਚੀਜ਼ ਚਾਹੀਦੀ ਹੁੰਦੀ ਆ। ਇੱਥੇ ਤੁਸੀਂ ਸੈਲਰ ਨਹੀਂ ਲਿਖਣਾ, ਐਪਲ ਤਾਂ ਆਟੋਮੈਟਿਕਲੀ ਆ ਹੀ ਜਾਣਾ ਜੇ ਤੁਸੀਂ ਦੇਖਣਾ ਰਿਟਰਨ ਸ਼ਿਪਿੰਗ। ਸੈਲਰ ਨਹੀਂ ਪੇ ਕਰੇ, ਬਾਇਰ ਕਰੇ, ਸੈਲਰ ਹੋ ਤੁਸੀਂ। ਨਹੀਂ ਤਾਂ ਜਦੋਂ ਪ੍ਰੋਡਕਟ ਕੋਈ ਕਸਟਮਰ ਪੇ ਕਰੇਗਾ ਵਾਪਸ ਕਰੇਗਾ ਉਸਦਾ ਪੇ ਤੁਹਾਨੂੰ ਕਰਨਾ ਪੈ ਜਾਏਗਾ। ਤੁਸੀਂ ਬਾਹਰ ਲਿਖਣਾ ਜਦੋਂ ਵੀ ਤੁਹਾਨੂੰ ਸ਼ਿਪਿੰਗ ਉਹ ਕਰੇ ਵਾਪਸ ਤੇ ਉਹ ਆਪਣੇ ਪੈਸੇ ਆਪ ਪੇ ਕਰੇ। ਤੇ ਰਿਟਰਨ ਜਿਹੜੀ ਇਹਦੀ ਪਾਲਿਸੀ ਆ ਉਹ ਈਬੇ ਦੀ ਆ ਮੇਨ, ਤੇ ਈਬੇ ਦੀ ਗਰੰਟੀ ਹੋਣੀ ਆ। ਪੇਮੈਂਟ ਮੈਥਡ ਇਹਦੇ ਨਾਲ ਤੁਸੀਂ 2 ਜੋੜੇ, ਇੱਕ ਜੋੜੇ ਆ, ਇੱਕ ਤੁਸੀਂ ਬੈਂਕ ਜੋੜ ਸਕਦੇ ਆ ਤੇ ਬਾਕੀ ਆ ਵੀਜ਼ਾ ਵਾਲੇ ਜਿਹੜੇ ਆ ਪ੍ਰਿੰਟ ਫੁੱਲ ਦੇ ਆ। ਤੇ ਆਈ ਹੋਪ ਤੁਹਾਡੇ ਲਈ ਇਹ ਵੀਡੀਓ ਬੜੀ ਹੈਲਪਫੁਲ ਹੋਵੇਗੀ। ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ 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 ਚੈਨਲ ਸਬਸਕ੍ਰਾਈਬ ਕਰ ਲਿਓ, ਮੈਨੂੰ ਵੀ ਮੋਟੀਵੇਟ, ਮੈਂ ਵੀ ਕਾਫੀ ਮੋਟੀਵੇਟ ਹੁੰਦਾ ਸੌਰੀ। ਤੇ ਉਸ ਦੇ ਨਾਲ ਮੈਂ ਵੀਡੀਓ ਅੱਗੇ ਤੋਂ ਅੱਗੇ ਤੁਹਾਡੇ ਲਈ ਹੈਲਪਫੁਲ ਜਿਹੜੀਆਂ ਹੋਣਗੀਆਂ ਉਹ ਲੈ ਕੇ ਆਉਂਦਾ ਰਹਾਂਗਾ। ਈਵੇ ਸਟੋਰ ਆਪਣਾ ਕਨੈਕਟ ਕਰ ਸਕਦੇ ਹਾਂ ਵਰਲਡ ਵਾਈਡ, ਕਿਤੇ ਵੀ ਬਹਿ ਕੇ ਫ੍ਰੀ ਆਫ ਕੋਸਟ ਪ੍ਰੋਡਕਟ ਵੇਚ ਸਕਦੇ ਹਾਂ। ਪ੍ਰੋਡਕਟ ਤੁਸੀਂ ਖਰੀਦਣੇ ਵੀ ਨਹੀਂ, ਤੁਹਾਡੇ ਸਟੋਰ ਤੇ ਵੀ ਡਾਇਰੈਕਟ ਆਉਂਦੇ ਪਏ ਆ, ਤੇ ਮੈਨੂੰ ਲੱਗਦਾ ਇਸ ਤੋਂ ਵਧੀਆ ਆਪਸ਼ਨ ਤਾਂ ਨਹੀਂ ਹੋ ਸਕਦਾ। ਤੇ ਲਾਈਕ ਜ਼ਰੂਰ ਕਰ ਲਿਓ ਵੀਡੀਓ, ਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ। ਅੱਗੇ ਤੋਂ ਕੋਈ ਵੀਡੀਓ ਤੁਹਾਨੂੰ ਸਪੈਸ਼ਲ ਚਾਹੀਦੀ ਹੈ ਉਹਦੇ ਬਾਰੇ ਤੁਸੀਂ ਮੈਨੂੰ ਇੰਸਟਾ 'ਤੇ ਵੀ ਮੈਸੇਜ ਕਰ ਸਕਦੇ ਹੋ ਅਤੇ ਯੂਟਿਊਬ 'ਤੇ ਕਮੈਂਟ ਵੀ ਦੇਖ ਸਕਦੇ ਹੋ। ਧੰਨਵਾਦ।